ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਟਰੈਕਟਰ ਮਾਡਲ ਜਿੰਦਾਬਾਦ ਚੈਨਲ ਤੇ ਸਵਾਗਤ ਆ। ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸ ਦਿਓ ਵੀਡੀਓ ਕਿੱਦਾਂ ਦੀ ਲੱਗੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਆਪਣਾ ਜਿਹੜਾ HMT ਦਾ ਮਾਡਲ ਆ, ਇਹਦੀ ਆਪਾਂ ਸ਼ੋਅ ਆ ਜਿਹੜੀ ਓਰੀਜਨਲ ਨਾਢ ਗਰਾਂ ਦੀ ਬਣਾਉਣੀ ਆ, ਤੇ ਇਹਦੇ ਲਈ ਆਪਾਂ ਸ਼ੋਅ ਜਿਹੜੀ ਉਤਾਰ ਲੈਂਦੇ ਹਾਂ ਅਸੀਂ। ਸੋ ਇਸ ਵਿੱਚ ਕੋਈ ਨਾਟ ਵਗੈਰਾ ਨਹੀਂ ਲੱਗਿਆ ਸੀਗਾ, ਮੂਰੇ ਗਲੂ ਗਲ ਨਾਲ ਹੀ ਇਹ ਚਿਪਕਾਈ ਸੀਗੀ ਸ਼ੋਅ, ਤੇ ਵਿੱਚੋਂ ਸ਼ੋਅ ਆ ਜਿਹੜੀ ਖਾਲੀ ਆ, ਤੇ ਆਪਾਂ ਲਾ ਲੈਂਦੇ ਹਾਂ। ਅਤੇ ਆਹ ਆਪਣਾ ਨਾਟ ਵਗੈਰਾ ਜਿਹੜਾ ਇਸ ਤਰ੍ਹਾਂ ਵੇਖ ਸਕਦੇ ਹੋ ਤੁਸੀਂ, ਢਿੱਡ ਆ ਜਿਹੜਾ ਇਹਦਾ ਇਸ ਤਰ੍ਹਾਂ ਵੇਖ ਸਕਦੇ ਹੋ। ਇਹਦੇ ਲਈ ਆਪਾਂ ਨਕਸ਼ਾ ਬਣਾਇਆ ਹੈ, ਸੋ ਆਹ ਵਾਲਾ ਆਪਾਂ ਨਕਸ਼ਾ ਬਣਾਇਆ ਹੈ ਗ੍ਰਾਫ 'ਤੇ, ਜੇ ਤੁਸੀਂ ਵੀ ਬਣਾਉਣਾ ਤਾਂ ਵੇਖ ਸਕਦੇ ਹੋ। ਇੱਧਰ ਫਰੰਟ ਆਜੂਗਾ, ਆਹ ਸਾਈਡ ਉੱਪਰ ਆਜੂਗੀ, ਸਾਈਡ ਆਜੂਗੀ, ਅਤੇ ਉੱਪਰ ਫਰੰਟ ਆਜੂਗਾ, ਉੱਪਰ ਨੂੰ ਜਿਹੜਾ ਉੱਪਰੋਂ ਹੋਊਗਾ ਇਸ ਤਰ੍ਹਾਂ। ਅਤੇ ਆਪਾਂ ਇਹ ਜਿਹੜਾ ਆਹ ਸ਼ੀਟ ਆ ਜਿਹੜੀ ਨੰਬਰ ਪਲੇਟ ਆਪਣੀ, ਇਹ ਕਿਹੜੀ ਨੰਬਰ ਪਲੇਟ ਆ, ਇਹ ਵੀਡੀਓ ਵੀ ਮੇਰੇ ਚੈਨਲ 'ਤੇ ਪਾਈ ਹੋਈ ਵੀ, ਤੁਸੀਂ ਵੇਖ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ, ਇਸਦਾ ਵੀ ਲਿੰਕ ਮਿਲ ਜੂਗਾ ਤੁਹਾਨੂੰ। ਅਤੇ ਆਹ ਤੁਸੀਂ ਵੇਖ ਸਕਦੇ ਹੋ ਤੁਸੀਂ ਇੱਕ ਸਾਈਡ ਆ ਏ, ਇੱਕ ਸਾਈਡ ਆ ਏ, ਇੱਕ ਆਹ ਸਾਈਡ ਆ ਟੈਂਕੀ ਵਾਲਾ, ਇੱਕ ਆਹ ਸਾਈਡ ਟੈਂਕੀ ਵਾਲਾ ਜਿਹੜੀ ਲਾਈ ਹੁੰਦੀ ਆ ਇੱਥੋਂ ਦੀ, ਇਹ ਦੋ ਸਾਈਡ ਆ ਰਹੇ, ਇੱਕ ਆਹ ਸਾਈਡ, ਇੱਕ ਆਹ ਸਾਈਡ, ਆਹ ਟੈਂਕੀ ਦੇ ਉੱਪਰ ਵਾਲਾ ਏ, ਅਤੇ ਆਹ ਜਿਹੜੀ ਆ ਸ਼ੋਅ ਦਾ ਉੱਪਰ ਵਾਲਾ ਏ, ਅਤੇ ਆਹ ਜਿਹੜੀ ਲਾਈਟ ਵਾਲਾ ਫਰੰਟ ਆ, ਅਤੇ ਇਹਨੂੰ ਆਪਾਂ ਕੱਟ ਲੈਂਦੇ ਹਾਂ ਸਾਰੇ ਪੀਸ। ਹਾਂਜੀ, ਆਪਾਂ ਸਾਰੇ ਪੀਸ ਕੱਟ ਲਿਆ। ਆਹ ਸਾਈਡ ਵਾਲੇ ਪੀਸ ਆ ਦੂਗਾ, ਦੋ ਜਿਹੜੇ ਆਪਣੇ ਸਾਈਡ ਵਾਲੇ ਪੀਸ ਆ, ਆਹ ਸਾਈਡ ਵਾਲੇ ਜਿਹੜੇ ਦੋ ਟੈਂਕੀ ਦੇ ਪੀਸ ਆ, ਆਹ ਉੱਪਰਲਾ ਪੀਸ ਆ ਜਿਹੜਾ ਉੱਪਰ ਫਰੰਟ ਵਾਲੀ ਸ਼ੋਅ ਦਾ, ਆਹ ਟੈਂਕੀ ਦਾ ਉੱਪਰਲਾ ਪੀਸ ਆ, ਅਤੇ ਆਹ ਜਿਹੜੀ ਫਰੰਟ 'ਤੇ ਆਪਣੀ ਜਾਲੀ ਜਾਂ ਲਾਈਟਾਂ ਵਾਲਾ ਪੀਸ ਆ, ਇਹਨੂੰ ਆਪਾਂ ਸਾਰਾ ਜੋੜ ਲੈਂਦੇ ਹਾਂ, ਅਤੇ ਇਹਨੂੰ ਜਿਹੜਾ ਰੇਗ ਮਾਲ ਨਾਲ ਚੰਗੀ ਤਰ੍ਹਾਂ ਗਲਾਈ ਦੇ ਦਾਂਗੇ ਆਪਾਂ। ਹਾਂਜੀ, ਹੁਣ ਆਪਾਂ ਸਾਰਾ ਇਹ ਜੋੜ ਲਾਂਗੇ, ਸਾਰੀ ਸ਼ੋਅ ਜਿਹੜੀ ਆਪਾਂ ਜੋੜ ਲਾਂਗੇ ਹੁਣ। ਆਪਾਂ ਅਲੱਗ ਪਾ ਕੇ ਜੋੜ ਲਈਆਂ, ਇੱਥੋਂ ਵੀ ਜਿਹੜਾ ਆਪਾਂ ਇਹਦਾ ਸ਼ੇਪ ਜਿਹੜੀ ਦਿੱਤੀ ਆ
ਬਾਕੀ ਇਸ 'ਤੇ ਐਮਸੀ ਲਾ ਕੇ ਇਸ ਨੂੰ ਸ਼ੇਪ ਦਿੱਤੀ ਜਾਊਗੀ, ਜਿਹੜੀ ਆ ਥਾਂ ਵਿੱਚ ਥਾਂ ਬਣੀਆਂ ਜਾਣਗੀਆਂ, ਅਤੇ ਆ ਵੀ ਆਪਾਂ ਨੂੰ ਉੱਤੋਂ ਇਹ ਲਾ ਕੇ ਹਾਂ ਇਸ ਦੀ ਗਲਾਈ ਜਿਹੜੀ ਦੇ ਦਿੰਦੇ ਹਾਂ ਆਪਾਂ। ਹਾਂਜੀ ਆਪਾਂ ਤਾਂ ਪੰਨਾ ਜਿਹਾ ਸਾਰਾ ਲਾ ਲਿਆ ਹੈ, ਅਤੇ ਇਸ ਨੂੰ ਲਾ ਕੇ ਸਾਈਡ ਤੋਂ ਅਤੇ ਟੇਕ ਮਾਰ ਕੇ ਸਾ ਕੇ ਇਸ ਨੂੰ ਗਲਾਈ ਦੇ ਦਿੰਦੇ ਹਾਂ। ਪਹਿਲਾਂ ਆਪਾਂ ਲਾ ਲੈਂਦੇ ਹਾਂ ਜਿਹੜੀ ਤੋਂ ਗਲਾਈ ਦੇ ਦਿੰਦੇ ਹਾਂ ਸਾਨੂੰ। ਹਾਂਜੀ ਸ਼ੋਅ ਆਪਣੀ ਸਾਰੀ ਜਿਹੜੀ ਬਣ ਗਈ ਆ, ਆਹ ਵੇਖ ਸਕਦੇ ਹਾਂ ਟੈਂਕੀ ਆ ਜਿਹੜੀ ਆਪਣੀ ਇੱਥੇ ਲੱਗ ਜੂਗੀ, ਅਤੇ ਆਹ ਜਿਹੜੀ ਆਪਣੀ ਸ਼ੋਅ ਆ ਇਸ ਤਰ੍ਹਾਂ। ਬਸ ਸ਼ੋਅ ਦੇ ਉੱਪਰ ਨੂੰ ਇੱਥੋਂ ਵੱਧ ਰਾਜਾ ਹੁੰਦਾ ਹੈ, ਹੋਰ ਹੈਗਾ ਆਪਾਂ ਉਹ ਮਸ਼ੀਨ 'ਤੇ ਲਾ ਕੇ ਬਣਾ ਦਿੰਦੇ ਹਾਂ। ਅਤੇ ਬਾਕੀ ਜਿਹੜੀ ਫਰੰਟ 'ਤੇ ਜਾਲੀ ਆ ਦੀ ਉਹ ਆਪਾਂ ਨੂੰ ਰੰਗ ਕਰਨ ਵੇਲੇ ਕੱਢਣੀ ਪੈਣੀ ਆ, ਰੰਗ 'ਚ ਹੀ ਬਲੈਕ ਕਰਨਾ ਪੈਣਾ ਉਹਨਾਂ ਹਿੱਸਾ, ਤਾਂ ਛੋਟਾ ਕਰਕੇ ਜਾਲੀ ਆਪਾਂ ਸਪੈਸ਼ਲ ਇਹਦੇ ਲਾ ਨਹੀਂ ਸਕਦੀ, ਸਾਈਡ ਵਾਲੀ ਵੀ ਰੰਗ 'ਚ ਕੱਢ ਦਾਂਗੇ ਆਪਾਂ, ਸਾਈਡ 'ਤੇ ਇੱਕ ਜਾਲੀ ਹੁੰਦੀ ਆ, ਅਤੇ ਬਾਕੀ ਹੁਣ ਆਪਾਂ ਵੱਧਰਾ ਬਣਾ ਲੈਂਦੇ ਹਾਂ। ਹਾਂਜੀ ਆਹ ਛੋਟਾ ਜਿਹਾ ਪੀਸ ਲੈ ਲੈਣਾ, ਇਹ ਜਿਹੜਾ ਆਪਣੀ ਪਲੇਟ ਦੇ ਪੀਸ ਆ ਪਰ ਇਹਨੂੰ ਇੱਥੋਂ ਘਟਾ ਲਿਆ ਏ, ਆਹ ਮੋਟੀ ਆ ਪਲੇਟ, ਇਹਨੂੰ ਅੱਧ 'ਚ ਕਰ ਲਿਆ ਏ। ਇੱਥੇ ਆਪਾਂ ਇਸ ਤਰ੍ਹਾਂ ਇਸ ਦੀ ਸੈਂਟਰ 'ਚ ਲਾ ਕੇ, ਅਤੇ ਜਿਹੜੀ ਸਾਈਡ ਤੋਂ ਆ ਆਪਾਂ ਮਸ਼ੀਨ ਨਾਲ ਇਸਨੂੰ ਸਾਰੀ ਨੂੰ ਗਲਾਈ ਦੇਵਾਂਗੇ। ਹਾਂਜੀ ਆਪਾਂ ਜਿਹੜਾ ਇਹਦਾ ਵਾਧਰਾ ਏ ਉਹ ਬਣਾ ਲਿਆ ਸਾਰਾ, ਇਸ ਤਰ੍ਹਾਂ ਇਸਦਾ ਹੁੰਦਾ ਏ, ਅਤੇ ਇਸ ਤਰ੍ਹਾਂ ਲੱਗ ਜੂਗਾ ਇਹ। ਅਤੇ ਹੁਣ ਆਪਾਂ ਨੂੰ ਕਲਰ ਕਰਕੇ ਲਿਆਵਾਂਗੇ, ਅਤੇ ਇਹਦੇ ਜਾਲੀ ਜਾਲੀ ਕੱਢਾਂਗੇ, ਅਤੇ ਆਹ ਆਪਣੀ ਟੈਂਕੀ ਆ। ਅਤੇ ਬਾਕੀ ਦੋਸਤ ਆਪਾਂ ਜੇ ਮਰਗਾਟਾਂ ਦਾ ਰੰਗ ਟੈਂਕੀ ਨਾਲ ਨਾ ਮਿਲਦਾ ਹੋਇਆ ਤਾਂ ਮਰਗਾਟਾਂ ਨੂੰ ਵੀ ਰੰਗ ਕਰਾਂਗੇ, ਤਾਂ ਜੋ ਇੱਕੋ ਜਿਹੇ ਟੈਂਕੀ 'ਤੇ ਮਰਗਾਟ ਹੋ ਜਾਣਗੇ। ਅਤੇ ਮਿਲਦੇ ਹਾਂ ਦੋਸਤੋ ਇਹ ਰੰਗ ਕਰਕੇ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸਾਰਿਆਂ ਦਾ, ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ।